ਬਿਸਮਿਲ੍ਲਾ ਰਹਿਮਾਨ ਰਹੀਮ ਤਮਾਮ ਵੀਵਰਜ਼ ਨੂੰ ਤਮਾਮ ਦੋਸਤਾਂ ਬਜ਼ੁਰਗਾਂ ਅਜ਼ੀਜ਼ਾਂ ਮਿੱਤਰਾਂ ਬੇਲੀਆਂ ਨੂੰ ਦੇਸੀਆਂ ਪਰਦੇਸੀਆਂ ਨੂੰ ਜਨਾਬ ਮਲਕ ਇਰਫਾਨ ਔਰ ਮੀਆਂ ਰਿਆਜ਼ ਅਹਿਮਦ ਦੀ ਤਰਫੋਂ ਜਨਾਬ ਸਲਾਮ ਪੇਸ਼ ਕਰਨੇ ਆ ਤੇ ਉਮੀਦ ਕਰਨੇ ਆ ਕਿ ਤੁਹਾਨੂੰ ਵੀਡੀਓ ਸਾਡੀਆਂ ਜਨਾਬ ਬੜੀਆਂ ਪਸੰਦ ਆਉਂਦੀਆਂ ਹੋਣਗੀਆਂ ਤੇ ਅੱਗੋਂ ਵੀ ਮਜ਼ੀਦ ਤੁਹਾਨੂੰ ਪਸੰਦ ਆਣਗੀਆਂ ਤੁਸੀਂ ਇਸ ਟਾਈਮ ਆਪਣਾ YouTube ਚੈਨਲ ਦੇਖ ਰਹੇ ਹੋ ਦੇਸੀ ਲੋਕ ਅਸੀਂ ਜਨਾਬ ਅੱਜ ਤੁਹਾਨੂੰ ਡਿੰਗਾ ਰੋਡ ਤੇ ਫੇਰ ਅੱਜ ਲੈ ਕੇ ਨਿਕਲੇ ਆ ਤੁਹਾਨੂੰ ਜਨਾਬ مختلف ਜਗ੍ਹਾ ਤੇ ਤੁਹਾਨੂੰ ਜਾਨਵਰ ਵਹਾਵਾਂ ਦੇ ਇਦੇ ਕੁਰਬਾਨ ਦੇ ਲਿਹਾਜ਼ ਨਾਲ ਔਰ ਉਹਨਾਂ ਦੇ ਰੇਟ ਸ਼ੀਟ ਵੀ ਤੁਹਾਨੂੰ ਦੱਸਾਂ ਦੇ ਕਿ ਉਹਨਾਂ ਦੇ ਰੇਟ ਕੀ ਨੇ ਤੇ ਜਨਾਬ ਅਸੀਂ ਚੱਲਨੇ ਆ ਕਿ ਇੱਥੇ ਕਹਾਨ ਸਾਹਿਬ ਨੇ ਇਹ ਜਨਾਬ ਇਹਨਾਂ ਬੱਕਰੇ ਰੱਖੇ ਨੇ ਤੇ ਬੱਕਰੇ ਸ਼ਕਰੇ ਵੇਚ ਰਹੇ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੇ ਆ ਔਰ ਤੁਹਾਨੂੰ ਵਹਾਨੇ ਆ ਕਿ ਇਹ ਬੱਕਰੇ ਵੀ ਇਹਨਾਂ ਕੋਲ ਬੜੇ ਬੜੇ ਖੂਬਸੂਰਤ ਬੱਕਰੇ ਬਜੇ ਨੇ ਜਨਾਬ ਤੇ ਹਾਨ ਸਾਹਿਬ ਨਾਲ ਗੱਲ ਕਰਨੇ ਆ ਅਸਲਾਮੁਅਲੈਕੁਮ ਹਾਨ ਸਾਹਿਬ ਵਾਲੇ ਸਲਾਮ ਕੀ ਹਾਲ ਹੈ ਜਨਾਬ ਜੀ ਅਲਹਾਂ ਸਾਹਿਬ ਹਾਨ ਸਾਹਿਬ ਤੁਸੀਂ ਸਨੋ ਅੱਛਾ ਹਾਂ ਸਾਹਿਬ ਇਹ ਬੱਕਰੇ ਤੁਹਾਡੇ ਨੇ ਜੀ ਆਪਣੇ ਘਰ ਦੇ ਬੱਕਰੇ ਨੇ ਅੱਛਾ ਸਾਰੇ ਘਰ ਦੇ ਨੇ ਜਾਂ ਮੰਡੀੋਂ ਖਰੀਦ ਕੇ ਲਿਆਂਦੇ ਹੋ ਅੱਗੋਂ ਪਿੱਛੋਂ ਨਹੀਂ ਨਹੀਂ ਸਾਡਾ ਘਰ ਦੇ ਬੱਕਰੇ ਨੇ ਅੱਛਾ ਘਰ ਦੇ ਬੱਕਰੇ ਨੇ ਤੇ ਇਹ ਹਾਂ ਸਾਹਿਬ ਪਹਿਲੀ ਵਾਰੀ ਤੁਸੀਂ ਵੇਚਣੇ ਸ਼ੁਰੂ ਕੀਤੇ ਨੇ ਜਾਂ ਅੱਗੇ ਵੀ ਵੇਚਦੇ ਹੋ ਨਹੀਂ ਹਰ ਸਾਲ 5-7 ਬੱਕਰੇ ਘਰ ਦੇ ਹੁੰਦੇ ਨੇ ਉਹ ਅਸੀਂ ਵੇਚਨੇ ਆ ਬੱਚੇ ਪਾਲਦੇ ਨੇ ਅਸੀਂ ਵੇਚਨੇ ਆ ਕਾਰੋਬਾਰ ਕੋਈ ਐਸੇ ਨਹੀਂ ਹੈ ਮਸਲਨ ਕਿ ਅਸੀਂ ਬਾਹਰੋਂ ਲਿਆ ਕੇ ਵੇਚਣਾ ਹੁੰਦਾ ਸਾਡੇ ਸਾਰੇ ਆਪਣੇ ਘਰ ਦੇ ਕਿ ਪਤੀਜੇ ਦਾ ਬੇਟੇ ਦਾ ਇਸ ਤਰ੍ਹਾਂ ਮਸਲੇ ਕਿ ਇੱਕ ਦੋ ਦੋ ਸਾਰੇ ਨੇ ਪਾਲ ਕੇ ਰੱਖਿਆ ਉਹੀ ਵੇਛਣੇ ਹੁੰਦੇ ਨੇ ਅੱਛਾ ਇਹ ਬੱਕਰੇ ਤੁਸੀਂ ਸਾਰੇ ਯਾਨੀ ਕਿ ਆਪਣੇ ਜਿਹੜੇ ਰਿਸ਼ਤੇਦਾਰ ਨੇ ਤੁਹਾਡੇ ਉਹ ਸਾਰੇ ਮਿਲ ਜੁਲ ਕੇ ਤੇ ਤੁਸੀਂ ਕਰਦੀ ਸਾਰੇ ਮਸਲ ਆਪਣੀ ਫੈਮਿਲੀ ਦੇ ਆਗੇ ਨੇ ਅੱਛਾ ਠੀਕ ਹੈ ਤੇ ਹਾਂ ਸਾਹਿਬ ਇਹ ਕਿਹੜੀ ਕਿਹੜੀ ਨਸਲ ਦੇ ਬੱਕਰੇ ਨੇ ਨਸਲ ਤਾਂ ਸੀ ਤਾਂ ਨਹੀਂ ਜਾਣੇ ਲੇਕਿਨ ਇਹ ਹੈ ਕਿ ਉਹ ਮਸਲ ਅਸੀਂ ਦੁਰਗਾ ਕਹਿੰਦੇ ਆ ਜਿਹਦੇ ਵਿੱਚ ਬੀਤਾਲ ਔਰ ਰੋਟੇਟੀ ਮਿਕਸ ਹੋ ਜਾਂਦੇ ਨੇ ਠੀਕ ਹੈ ਨਾ ਦੁਰਗਾ ਹੀ ਹੈਗਾ ਇਹਦੇ ਵਿੱਚ ਮਸਲ ਇਹ ਇੱਕ ਬੱਕਰਾ ਬੀਤਲੇਗਾ ਅੱਛਾ ਹਾਂ ਠੀਕ ਹੈ ਤੇ ਹਾਂ ਸਾਹਿਬ ਇਹ ਜਿਹੜਾ ਬੀਤਲ ਬੱਕਰਾ ਦੱਸਦੇ ਹੋ ਪੇ ਤਾਂ ਕੀ ਰੇਟ ਇਹ ਤਕਰੀਬਨ 80 38 40 ਮੰਗਨੇ ਆ ਤੇ ਗਾਖ ਕੋਈ ਪੰਜੀ ਲਾਂਦੇ ਨੇ ਕੋਈ ਉਠਾਈ ਲਾਂਦੇ ਨੇ ਕੋਈ ਤਰੀ ਤਵਰ ਕੋਈ ਬੰਦਾ ਨਹੀਂ ਦੇ ਰਿਹਾ ਇਹਨੂੰ ਠਾਉਂ ਹਾਂ ਬੱਕਰੇ ਨੂੰ ਠਾਉਂ ਹਾਂ ਕੀ ਪੋਜੀਸ਼ਨ ਹੈ ਤੇ ਕਿਉਂ ਇਹਦੇ ਇਤਨੇ ਤੁਸੀਂ ਪੈਸੇ ਮੰਗਦੇ ਹੋ ਤੇ ਪੈਸੇ ਥੋੜੇ ਕਿਉਂ ਦਿੰਦੇ ਨੇ ਬੰਦੇ ਜਨਾਬ ਇਹ ਬੱਕਰਾ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਬੱਕਰੇ ਦਾ ਰੇਟ ਵੀ ਹਾਂ ਸਾਹਿਬ ਦੱਸ ਰਹੇ ਨੇ ਕਿ ਐਸਾ ਦਾ ਰੇਟ ਹੈ ਲੇਕਿਨ ਪੈਸੇ ਬੰਦੇ ਜ਼ਿਆਦਾ ਘੱਟ ਦਿੰਦੇ ਨੇ ਇਹ ਜ਼ਿਆਦਾ ਮੰਗਦੇ ਹਾਂ ਸਾਹਿਬ ਅੱਛਾ ਹਾਂ ਸਾਹਿਬ ਇਹ ਤੇ ਕਿਤਨੇ ਪੈਸੇ ਮੰਗਦੇ ਤੁਸੀਂ ਅਸੀਂ ਤਾਂ ਤਕਰੀਬਨ 38 40 ਹੇ ਮੰਗਨੀਆ ਤੇ ਗਾਖ ਜਿਹੜਾ ਤਰੀ ਤੋ ਵਦ ਨਹੀਂ ਆਂਦਾ ਅੱਛਾ ਗਾਖੇ ਦਾ ਤਰੀ ਤੋ ਵਦ ਨਹੀਂ ਆਂਦਾ ਕੀ ਵਜ੍ਹਾ ਗਾਖ ਕਿਉਂ ਪੈਸੇ ਨਹੀਂ ਪਰਦਾ ਇਹਦੇ ਪਤਾ ਨਹੀਂ ਅੱਜ ਕੀ ਕੋਰੋਨੇ ਦੇ ਵਜ੍ਹਾ ਨਾਲ ਜਿਹੜਾ ਗਾਖ ਨਹੀਂ ਆ ਰਹੇ ਬਿਲਕੁਲ ਗਾਖ ਹੈ ਹੀ ਨਹੀਂ ਇਹ ਮੈਨੂੰ 10 ਦਿਨ ਹੋ ਗਿਆ ਸੀ ਇੱਥੇ ਘਰ ਆ ਸਕੇ ਨਾਲ ਗਾਰੇ ਗਏ ਅੱਛਾ ਠੀਕ ਹੈ ਨਾ ਤੇ ਅਸੀਂ ਬਾਹਰ ਇਥੇ ਬੰਨਿਆ ਗਾਖ ਆਂਦਾ ਹੀ ਨਹੀਂ ਅਗਾ ਸਾਰਾ ਦਿਨ ਬਿਆ ਬਿਆ ਕੇ ਸ਼ਾਮ ਨੂੰ ਵਾਪਸ ਬੰਨ ਲੇ ਗਏ ਇਹ ਬਕਰੇ ਆ ਕਿੰਨੇ ਨੇ ਸਾਰੇ ਤੁਹਾਡੇ ਕੋਲ ਤਕਰੀਬਨ 3 ਤੇ 3 6 7 7 8 ਬਕਰੇ ਨੇ 7-8 ਬਕਰੇ ਨੇ ਤੇ ਇਹ ਤੁਹਾਡਾ ਅੱਜ ਤੱਕ ਇੱਕ ਬਕਰਾ ਵੀ ਨਹੀਂ ਵਿਕਿਆ ਨਹੀਂ ਕਦੋਂ ਦੇ ਬੈਠੇ ਹੋ ਬਕਰੇ ਲੈ ਕੇ 3-4 ਦਿਨ ਹੋ ਗਏ ਨੇ ਅੱਛਾ 3-4 ਦਿਨ ਹੋ ਗਏ ਨੇ ਇੱਕ ਵੀ ਗਾਹ ਕਈ ਨਹੀਂ ਲੱਗਾ ਤੇ ਇਹ ਗਾਹ ਕੀ ਤੁਹਾਡੇ ਕੋਲ ਆਏ ਨੇ ਇਹਨਾਂ ਨਾਲ ਵੀ ਅਸੀਂ ਕੋਸ਼ਿਸ਼ ਕਰਨੀ ਆ ਗੱਲਬਾਤ ਕਰਨ ਦੀ ਇਹਨਾਂ ਨਾਲ ਗੱਲਬਾਤ ਹੋ ਰਹੀ ਤੁਹਾਡੀ ਨਹੀਂ ਇਹ ਛੁੱਟ ਗਏ ਨੇ ਇਹਨਾਂ ਨੂੰ ਪਸੰਦ ਨਹੀਂ ਆਇਆ ਅੱਛਾ ਪਸੰਦ ਨਹੀਂ ਆਇਆ ਅਸੀਂ ਕੋਸ਼ਿਸ਼ ਕਰਨੀ ਆ ਜਨਾਬ ਡਾਕਟਰ ਸਾਹਿਬ ਵੀ ਕਹੇ ਨੇ ਬਕਰਾ ਲੈਣ ਵਾਸਤੇ ਇਹਨਾਂ ਨਾਲ ਅਸੀਂ ਕੋਸ਼ਿਸ਼ ਕਰਨੀ ਆ ਗੱਲਬਾਤ ਕਰਦੇ ਡਾਕਟਰ ਸਾਹਿਬ ਗੱਲ ਸੁਣੋ ਸਾਨੂੰ ਦੱਸੋ ਜਨਾਬ ਕਿ ਤੁਸੀਂ ਬੱਕਰਾ ਖਰੀਦਣ ਆਏ ਹੋ ਤੇ ਤੁਸੀਂ ਵੈਸੇ ਹੀ ਜਾ ਰਹੇ ਹੋ ਵਾਪਸ ਕਿ ਵਜ੍ਹਾ ਬੱਕਰਾ ਦੇਖਿਆ ਹੈ ਬੱਕਰੇ ਵੱਡੇ ਨੇ ਇਹ ਜਿਹੜਾ ਨਾ ਰੇਂਜ ਦੇ ਥੋੜੇ ਸਾਰੇ ਪਰ ਅਸੀਂ ਕੋਈ ਛੋਟਾ ਲੈ ਆ ਬੱਕਰਾ ਉਹਦਾ ਰੇਟ ਸਾਡਾ ਇਹਨਾਂ ਨਾਲ ਬਣ ਗਿਆ ਤੇ ਉਸ ਦਾ 17000 ਰੁਪਏ ਦਾ ਲੈ ਲਿਆ ਸੀ ਅੱਛਾ ਉਹਦੋਂ ਤੁਸੀਂ 17000 ਰੁਪਏ ਦਾ ਲੈ ਲਿਆ ਤੇ ਇਹਨਾਂ ਵਿੱਚ ਤੁਹਾਨੂੰ ਪਸੰਦ ਕੋ ਨਹੀਂ ਆਇਆ ਪਸੰਦ ਆਇਆ ਪਰ ਥੋੜੇ ਸਾਰੇ ਰੇਂਜ ਉਪਰ ਹੋ ਜਾਂਦੇ ਠੀਕ ਹੈ ਤੇ ਰੇਟ ਜ਼ਿਆਦਾ ਨੇ ਇਹਨਾਂ ਦੇ ਜਾਂ ਨਾਰਮਲ ਹੀ ਨੇ ਇਹਨਾਂ ਰੇਟ ਨਾਰਮਲ ਨੇ ਲੇਕਿਨ ਸਾਡੀ ਜਿੰਨੀ ਗੁੰਜਾਇਸ਼ੀ ਉਸ ਤੋਂ ਥੋੜੀ ਜ਼ਿਆਦਾ ਸ ਹੈ ਅੱਛਾ ਅੱਛਾ ਠੀਕ ਹੋ ਗਿਆ ਤੇ ਹੁਣ ਤੁਸੀਂ ਬਖਰਾ ਪਸੰਦ ਕਰ ਲਿਆ ਬਖਰਾ ਪਸੰਦ ਕਰ ਕੇ ਲੈ ਲਿਆ ਗਹਿਣਾ ਦੇ ਦਿੱਤੇ ਠੀਕ ਹੈ ਤੇ ਇਹ ਤੁਸੀਂ ਲੈ ਕੇ ਜਾ ਰਹੇ ਹੋ ਜਾਂ ਇੱਥੇ ਬਜਾ ਰਹੇਗਾ ਅਸੀਂ ਲੈ ਕੇ ਜਾਾਂਗੇ ਇਹ ਉਹਨੇ ਲੈ ਜਾਣਗੇ ਕਲੀਨਿਕ ਤੇ ਆ ਕੇ ਨਾ ਉਹ ਲੈ ਆਉਣਗੇ ਚਲੋ ਠੀਕ ਹੋ ਗਿਆ ਬੜੀ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜਨਾਬ ਥੈਂਕ ਯੂ ਸਰਾ ਥੈਂਕ ਯੂ ਜੀ ਜਨਾਬ ਜੈਸਾ ਕਿ ਤੁਸੀਂ ਜਨਾਬ ਦੇਖ ਰਹੇ ਹੋ ਕਿ ਬੱਕਰੇ ਅਸੀਂ ਤੁਹਾਨੂੰ ਵਹਾਏ ਨੇ ਡਾਕਟਰ ਸਾਹਿਬ ਜਨਾਬ ਬੱਕਰਾ ਖਰੀਦਿਆ ਵੇ ਉਹ ਕਹਿੰਦੇ ਨੇ ਮੈਂ ਆਪਣੀ ਰੇਂਜ ਦੇ ਹਿਸਾਬ ਨਾਲ ਛੋਟਾ ਬੱਕਰਾ ਖਰੀਦਿਆ ਕਿ ਮੇਰੇ ਕੋਲ ਗੁੰਜਾਇਸ਼ ਇਤਨੀ ਹੈ ਔਰ ਇਸ ਤੋਂ ਇਲਾਵਾ ਕੇ عوام ਜਿਹੜੀ ਹੈ ਉਹ ਇਸ ਚੀਜ਼ ਦਾ ਤਵਜੂ ਕਰੇ ਕਿ ਠੀਕ ਹੈ ਕਰੋਨਾ ਵਾਇਰਸ ਹੈ ਇਹਦੇ ਚ ਕੋਈ ਸ਼ੱਕ ਨਹੀਂ ਕਰੋਨਾ ਵਾਇਰਸ ਵੀ ਹੈ ਮਲਕੀ ਹਾਲਾਤ ਵੀ ਖਰਾਬ ਨੇ ਬਕਰੇ ਨੇ ਜਨਾਬ ਐ ਵੀ ਬੰਦੇ ਜਿਹੜੇ ਨੇ ਪੂਰੇ ਪੂਰੇ ਸਾਲ ਦੀ ਮਿਹਨਤ ਇਹਨਾਂ ਬੰਦਿਆਂ ਦੀ ਹੁੰਦੀ ਹੈ ਔਰ ਇਹ ਪੂਰੇ ਸਾਲ ਦੀ ਮਿਹਨਤ ਕਰਕੇ ਤੇ ਇਹਨਾਂ ਦਿਨਾਂ ਵਿੱਚ ਬਕਰੇ ਲੈ ਕੇ ਜਾਂ ਵਹੜੇ ਨੇ ਜਾਨਵਰ ਲੈ ਕੇ ਇਹ ਰੋਡ ਤੇ ਬਹੰਦੇ ਨੇ ਤੇ ਇਹਨਾਂ ਨੂੰ ਜਨਾਬ ਤੁਸੀਂ ਜ਼ਿਆਦਾ ਜ਼ਿਆਦਾ ਇਹਨਾਂ ਕੋਲ ਆਓ ਤੁਸੀਂ ਆ ਕੇ ਇਹਨਾਂ ਨਾਲ ਰੇਟ ਭਾ ਕਰੋ ਔਰ ਬਕਰੇ ਨਾਲ ਕੋਲੋਂ ਖਰੀਦੋ ਉਹ ਖਾਨ ਸਾਹਿਬ ਕਹਿ ਰਹੇ ਨੇ ਕਿ ਮਨੂੰ ਆ ਚਾਰ ਦਿਨ ਹੋ ਗਏ ਨੇ ਮੈਂ ਲੈ ਕੇ ਬੈਠੇ ਤੇ ਇਹ ਤੱਕ ਕਸਟਮਰ ਨਹੀਂ ਲੱਗਾ ਹੁਣ ਇੱਕ ਡਾਕਟਰ ਸਾਹਿਬ ਆਏ ਨੇ ਡਾਕਟਰ ਸੁਲੇਮਾਨ ਸਾਹਿਬ ਮੰਦਿਰ ਜਨਾਬ ਇਹਨਾਂ ਦਾ ਕਲੀਨਿਕ ਹੈ ਉੱਥੋਂ ਆਏ ਨੇ ਤੇ ਉਹਨਾਂ ਇੱਕ ਬੱਕਰਾ ਖਰੀਦਾ ਖਾਨ ਸਾਹਿਬ ਕੋਲੋਂ ਤੇ ਇਹ ਜਨਾਬ ਤੁਸੀਂ ਬੱਕਰੇ ਲਾਜ਼ਮੀ ਜਿਹੜੇ ਨਾਲ ਖਾਨ ਸਾਹਿਬ ਕੋਲੋਂ ਖਰੀਦੋ ਤੇ ਅਸੀਂ ਜਨਾਬ ਅਗੂ ਮਜ਼ੀਦ ਜਿਹੜਾ ਨਾਲ ਤੁਹਾਨੂੰ ਹੋਰ ਵੀ ਰੋੜ ਦਿਆਂ ਵੀਡੀਓ ਜਿਹੜੀਆਂ ਨੇ ਜਾਨਵਰ ਨਹੀਂ ਆ ਸਾਰੀਆਂ ਜਨਾਬ ਅਸੀਂ ਤੁਹਾਨੂੰ ਜਿਹੜੇ ਨੇ ਉਹ ਵਹਾਨੇ ਆ ਠੀਕ ਹੈ ਜੀ